ਯਾਰ ਇੱਡਾ ਮੈਨੂੰ ਨਹੀਂ ਪੜ੍ਹਿਆ ਜਾਂਦਾ, ਇਹ ਤਾਂ ਸਰਕਾਰ ਦੀ ਬਰਕਤ ਨੂੰ ਪੜ੍ਹ ਰਿਹਾ। ਤੁਹਾਨੂੰ ਇੰਨੇ ਮਸਲੇ ਦੱਸੇ ਨੇ, ਤੁਹਾਨੂੰ ਚੇਤਾ ਰਵੇਗਾ ਬਹੁਤੀ ਪੰਡ ਵੱਡੀ ਹੋ ਜਾਵੇ ਤਾਂ ਫਿਰ ਡੁੱਲ ਵੀ ਜਾਂਦੀ ਹੈ। ਜਿਹੜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ ਅੱਜ, ਇਹ ਮੈਂ ਤੁਹਾਨੂੰ ਪੁੱਛਣਾ, ਇਹਨੂੰ ਲਿਖ ਲਓ, ਨੋਟ ਕਰ ਲਓ ਜਿਹੜੀ ਮੈਂ ਗੱਲ ਕੀਤੀ। ਤੁਹਾਨੂੰ ਪਤਾ ਲੱਗਾ ਬਿਲਾਸ ਸ਼ਰੀਫ ਕੀ ਹੈ, ਜਸ਼ਨ ਕੀ ਹੈ, ਸਮਝ ਆਈ ਜੇ? ਲੋਕੀ ਕਹਿੰਦੇ ਨੇ ਜੀ ਦੋ ਈਦਾਂ ਨੇ, ਤੀਸਰੀ ਕਿੱਥੋਂ ਆ ਗਈ? ਪਾਗਲ ਦਾ ਪੁੱਤਰਾ, ਜੇ ਇਹ ਈਦ ਨਾ ਹੁੰਦੀ ਤੇ ਦੋ ਈਦਾਂ ਕਿੱਥੋਂ ਆਉਣੀਆਂ ਸਨ? ਇਹ ਈਦ ਕਿੱਥੋਂ ਆ ਗਈ? ਹਜ਼ੂਰ ਦੀ ਹਦੀਸ ਹੈ, ਹਾਂਜੀ, ਔਰ ਨਿਸਾਈ ਸ਼ਰੀਫ ਸਿਆਸਤਾਂ ਦੀ ਫਰਮਾਇਆ ਕਿ ਜੁਮਾ ਸੈਯਦੁਲ ਅਯਾਮ, ਔਰ ਫਰਮਾਇਆ ਯਾ ਰਸੂਲ ਅੱਲਾ ਇਹ ਕਿਉਂ ਸਾਰੇ ਦਿਨਾਂ ਦਾ ਸਰਦਾਰ ਬਣਿਆ? ਫਰਮਾਇਆ ਫੀ ਹੀ ਖੁਲਕਾ, ਆਦਮ ਅਲੈਹਿਸਲਾਮ ਦੇ ਮਿਲਾਦ ਦਾ ਦਿਹਾੜਾ ਹੈ ਤੇ ਆਦਮ ਅਲੈਹਿਸਲਾਮ ਦੀ ਤੇ ਦੁਆ ਹੀ ਹਜ਼ੂਰ ਦੇ ਨਾਮ ਦੇ ਸਦਕੇ ਕਬੂਲ ਹੋਈ। ਹਲਾਲੀ ਬਣੇ ਹੱਕ ਮਹਿਰ ਜਦੋਂ ਨਿਕਾਹ ਹੋਇਆ ਹਜ਼ਰਤ ਆਦਮ ਅਲੈਹਿਸਲਾਮ ਦਾ ਤੇ ਹਜ਼ਰਤ ਅੱਬਾ ਦਾ, ਹੱਕ ਮਹਿਰ ਤੂੰ ਬਗੈਰ ਨਹੀਂ ਮਿਲਣਾ। ਹੁਣ ਹੱਕ ਮਹਿਰ ਉੱਥੇ ਕਿਹੜੇ ਰੁਪਈਏ ਸਨ? ਹੁਕਮ ਆਇਆ 20 ਵਾਰੀ ਮੇਰੇ ਨਬੀ ਦੇ ਥਰੂ ਦੋਵੇਂ ਪੜ੍ਹ। ਔਰ ਅੱਜ ਤੁਹਾਨੂੰ ਮੈਂ ਦੱਸਿਆ ਤਬਲੀਗ ਦਾ ਅਸੂਲ ਕੁਰਾਨ ਦਾ ਇਹ ਹੈ, ਜਿੱਥੇ ਮੁਸਲਮਾਨ ਤੇ ਮੋਮਨ ਬੈਠੇ ਹੋ ਉੱਥੇ ਸਿਰਫ ਨਾਤ ਹੀ ਪੜ੍ਹਨੀ ਹੈ, ਭਾਵੇਂ ਨਜ਼ਮ 'ਚ ਪੜ੍ਹੋ ਤੇ ਭਾਵੇਂ ਨਸਰ 'ਚ ਪੜ੍ਹੋ। ਜਿੱਥੇ ਹਿੰਦੂ ਕਾਫਰ ਦੂਸਰੇ ਬੈਠੇ ਹੋਣ ਫਿਰ ਉੱਥੇ ਤੌਹੀਦ ਦੀ ਗੱਲ ਕਰੋ, ਸ਼ਿਰਕ ਦੀ ਗੱਲ ਨਹੀਂ ਕਰਨੀ। ਸਮਝ ਆਈ ਜੇ ਗੱਲ ਦੀ? ਇਹ ਅਸੂਲ ਹੈ। ਇਹ ਵੇਖਿਆ ਕਰੋ ਜੇ ਮੌਲਵੀ ਸਾਹਿਬ ਸਰਕਾਰ ਦੀ ਗੱਲ ਕਰਦੇ ਨੇ ਤੇ ਫਿਰ ਬਿਸਮਿਲ੍ਲਾ ਕਦਮ ਚੁੰਮਦੇ ਸਨ, ਤੇ ਜੇ ਉਹ ਗੱਲ ਕਰ ਰਿਹਾ ਉੱਥੇ ਤੌਹੀਦ ਦੀ ਸ਼ਿਰਕ ਦੀ। ਸਾਨੂੰ ਤੇ ਇਹਨਾਂ ਨੇ ਲੁੱਟ ਚੜਿਆ ਸ਼ਿਰਕ ਦੇ ਨਾਂ ਤੇ, ਸ਼ਿਰਕ ਹੋ ਗਿਆ ਜੀ, ਮੋਦੀ ਸ਼ਿਰਕ ਹੋ ਗਿਆ ਜੀ, ਫਲਾਂ ਸ਼ਿਰਕ ਹੋ ਗਿਆ। ਮੈਂ ਮਿੰਬਰੇ ਰਸੂਲ ਤੇ ਬੈਠਾ ਤਾਂ ਕੁਰਾਨ ਦੇ ਵਾਸਤੇ ਨਾਲ ਤੁਹਾਨੂੰ ਕਹਿਣਾ, ਮੇਰੇ ਨਬੀ ਨੇ ਹਦੀਸ ਫਰਮਾ ਦਿੱਤੀ, ਖੁਦਾ ਕੀ ਕਸਮ ਮੇਰੀ ਉਮਰ ਮੈਂ ਸ਼ਿਰਕ ਨਹੀਂ ਆਇਆ। ਹਰ ਗੱਲ ਸ਼ਿਰਕ ਸ਼ਿਰਕ ਸ਼ਿਰਕ। ਹਜ਼ੂਰ ਨੇ ਜਦੋਂ ਆਕਾ ਨੇ ਫਰਮਾਤਾ ਮੇਰੀ ਉਮਰ 'ਚ ਸ਼ਿਰਕ ਨਹੀਂ ਆਏਗਾ, ਤੇ ਜਿਹੜਾ ਨਬੀ ਪਾਕ ਨਾਲ ਵੱਧ ਕੇ ਗੱਲ ਕਰੇ ਮੇਰਾ ਖਿਆਲ ਉਹਦੇ ਜਿੰਨਾ ਬਿਸ਼ਰਮ ਹੀ ਕੋਈ ਨਹੀਂ।